ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਤੁਕੜ ਗੱਭਣ ਬੈਡ ਅਤੇ ਤਿੰਨ ਤੁਹਾਨੂੰ ਜਿਹੜੀਆਂ ਸੂਈਆਂ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਠੀਕ ਠਾਕ ਜੀ? ਚਲੋ ਵਧੀਆ ਚਾਹੀਦਾ। ਨਾਮ ਦੱਸ ਦਿਓ ਕਰੀ ਆਪਣਾ। ਜਤਿੰਦਰ ਸਿੰਘ। ਹਾਂਜੀ, ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਅਤੇ ਫੋਨ ਨੰਬਰ ਬੋਲ ਦਿਓ ਕਰੀ। 90568272। ਠੀਕ ਆ। ਅਤੇ ਸ਼ੁਰੂਆਤ ਫਿਰ ਆ ਤੁਕੜ ਗੱਭਣ ਦੇ ਕਰ ਲਈਏ। ਕਿੰਨੇ ਚਿਰ ਦੀ ਚੱਕ ਪਾਸ? ਚੱਕ ਪਾਸ ਆ, 6 ਮਹੀਨੇ ਦੀ ਚੱਕ ਪਾਸ ਆ ਜਿਹੜੀ। ਠੀਕ ਆ ਜੀ। ਹਾਂ, ਦੇ ਸਕਦੇ ਚੈੱਕ ਕਰਾਈ ਸਵੇਰੇ। ਸਾਢੇ 6 ਮਹੀਨੇ ਉੱਗਣੇ। ਠੀਕ ਹੈ ਜੀ। ਅਤੇ ਦੁੱਧ ਕਿੰਨਾ ਜੀ ਇਹਦੇ ਕੋਲ? ਦੁੱਧ ਵੀਰ ਜੀ ਦੇਖੋ 7 ਕਿਲੋ ਤੋਂ ਬਾਹਰ ਹੋਣਾ, 7 ਕਿਲੋ ਕਰਕੇ ਦੇਵਾਂਗੇ, ਬਾਕੀ ਦੁੱਧ 9-10 ਕਿਲੋ ਕਰ ਜੂਗੀ। ਠੀਕ ਆ। ਚਲੋ ਆਉਂਦੇ ਹੁੰਦੇ ਟਾਈਮ ਵੀ ਥੋੜ੍ਹਾ ਹੀ ਰਹਿ ਗਿਆ, ਹੁਣ ਤਾਂ ਇੰਨੇ ਘਟਣਾ ਹੀ ਆ। ਇਹਨੇ ਸਾਂਭ ਨਹੀਂ ਕੀਤੀ। ਹਾਂਜੀ ਹਾਂਜੀ, ਦੁੱਧ ਕੋਈ ਸਾਂਭ ਕਰੂਗਾ ਨਾ ਤੁਹਾਡੀ ਫੀਡ ਸ਼ੀਟ ਕੋਲ, ਦੁੱਧ 9-10 ਕਿਲੋ ਉਦਣ ਜਿਹੜੀ ਪਾਈ ਸੀ, 6-7 ਕਿਲੋ ਦੁੱਧ ਗਿਆ ਸੀ। ਠੀਕ, 7 ਕਿਲੋ ਤੋਂ ਬਾਅਦ ਦੁੱਧ ਵੀਰ ਜੀ। ਅੱਛਾ, ਉਦਣ ਵਾਲੀਆਂ ਤੁਕੜਾਂ ਕੱਬਣਾ ਵੇ ਗਈਆਂ ਫਿਰ। ਠੀਕ, ਚਲੋ ਫਿਰ ਤੋਰੋ ਹੈ ਕਰੀ ਨਾ। ਹਾਂਜੀ, ਬਹੁਤ ਠੰਡੀ ਆ। ਠੀਕ ਆ, ਰੜਾ ਮੋਟਾ ਥਾਲ ਪਸੰਦ ਦੇ ਲੰਮਾ ਕਰਦੀ। ਠੀਕ ਆ ਜੀ। ਸਾਢੇ 6 ਮਹੀਨੇ ਦੀ ਗੱਭਣ ਦੱਸਦੇ। ਲੈ ਜਾ ਵੀਰ ਜੀ, ਉਤਰਾ ਵੀ ਠੰਡੀ ਤੇ ਰਹੀ ਆ ਜਿਹੜੀ। ਠੀਕ ਆ ਜੀ। ਕਦ ਕਾਠ ਪੱਖਾਂ ਵੀ ਚੰਗੀ ਆ। ਤੇ ਕੀ ਰੱਖਣਾ ਵੀਰ ਜੀ ਇਹਦਾ ਫਿਰ ਮੁੱਲ? ਆਪਾਂ ਹਾਂਜੀ ਤੀਹ ਹਜ਼ਾਰ ਵਿੱਚੋਂ ਕਰਨਾ ਮਨ ਤਨ, ਚਲੋ 1000 ਹੋਰ ਛੱਡ ਦਿਆ ਫਿਰ, ਪੂਰੇ 28,000 ਹੀ ਦੇ ਦਾਂਗੇ, ਬਾਕੀ 7 ਮਹੀਨੇ ਦੀ ਕੱਬਣ ਚੈੱਕ ਪਾਸ ਆ। ਠੀਕ ਆ ਜੀ। ਤੇ ਦੁੱਧ ਵੀ 7 ਲੀਟਰ ਹੈਗਾ। ਜੋਗੇ ਵੀਰ ਜੀ 7 ਦਾ ਭਾਈ 8 ਹੋਵੇ ਜੋਗੇ ਖੜੇ ਕੋਈ। ਠੀਕ ਆ ਜੀ। ਤੇ ਹੁਣ ਆ ਦੂਸਰੇ ਨੰਬਰ ਤੇ ਸੂਈ ਸਵਾਈ ਦੀ। ਸੂਈ ਥਲੇ 10,000 ਰੰਗ ਦੀ ਤੇ 14 ਦਿਨ ਸੂਈ ਮਗਰ ਦੇ ਵਿੱਚ ਹੀ ਹੈ। ਠੀਕ ਆ ਜੀ। 10,000 ਰੰਗ ਨੂੰ ਬੋਲਾ ਤਿਆਰ ਹੋਊਗਾ। 10,000 ਘੋੜੇ। ਠੀਕ ਆ ਜੀ। ਤੇ ਕੋਈ ਰੱਸੀ ਨਹੀਂ ਪਾਉਣੀ, ਠੰਡੀ ਸੀ ਰੜਾ ਲੰਮਾ ਸਰ ਕਰਦੀ ਰਹੀ। ਤੋਰੋ ਹੈ ਕਰੀ ਨਾ। ਇਹਦਾ ਮੁੱਲ ਕੀ ਰੱਖਣਾ ਵੀਰ ਜੀ? 35,000 ਵਿੱਚੋਂ ਕਿੰਨਾ ਕਰਨਾ ਮਨ ਤਨ? 32,000 ਦੀ ਦੇ ਦਿਓਗੇ, ਛੋਟ ਕਰ ਦਿਓਗੇ ਵਿੱਚ ਹੋਰ? ਚਲੋ ਕੋਈ ਫੋਨ ਲਾਵੇ ਹੈ ਨਾ। ਠੀਕ ਆ ਜੀ। ਅਤੇ ਹੁਣ ਇੱਕ ਆਹ ਮਾਈ ਤੁਹਾਨੂੰ ਦਿਖਾਉਣੀ ਆ।
ਠੀਕ ਹੈ ਜੀ, ਠੀਕ ਹੈ, ਅੱਜ ਹੀ ਆਈ ਜੀ, ਠੀਕ ਹੈ। ਅਤੇ ਦੁੱਧ ਕਿੰਨਾ ਜੀ ਇਹਦੇ ਕੋਲ ਹੈਗਾ? ਪੱਕਾ ਦੁੱਧ 10 ਲੀਟਰ ਬਾਕੀ ਆਹ ਦੇਖ ਸਕਦੇ ਚੰਗੇ ਪਿੱਠ ਪੁੜੇ ਦੀ ਆ ਜਿਹੜੀ ਚੰਗੇ ਕੱਦ ਕਾਟਦੀ ਆ, ਬਾਕੀ ਪੱਖ ਥੋੜਾ ਥੋੜਾ ਨੀਲੀ ਦਾ ਰੱਖਦੀ ਆ, ਅਤੇ ਉਸ ਤਰ੍ਹਾਂ ਜਿਹੜੀ ਸਾਂਭੀ ਸੁੰਭੀ ਚੰਗੀ ਆ। ਬਾਕੀ ਦੁੱਧ ਦੀ ਸਵਾਈ ਕੋਈ ਆਪਣੀ ਆਪ ਕਰਕੇ ਲੈ ਜੇ, ਸੂਈ ਸਵਾਈ ਆ ਜਿਹੜੀ, ਕੋਈ 2 ਟਾਈਮ ਚੋਲੇ 3 ਟਾਈਮ ਚੋਲੇ। ਅਤੇ ਇਹ ਵੀਰ ਜੀ ਕਿੰਨਾ ਕੁ ਦੁੱਧ ਚਵਾਈ ਜਾਊਗੀ? ਤੇ ਮੌਕੇ ਤੇ ਕਿੰਨਾ ਚਵਾ ਕੇ ਦੋਗੇ? ਠੀਕ ਹੈ, ਤੇ ਇਹਦਾ ਮੁੱਲ 80,000 ਵਿੱਚੋਂ ਕਰ ਦੋਗੇ ਛੋਟ ਛੋਟ? ਕਿੰਨੀ? 75,000 ਦੀ ਦੇ ਦੋਗੇ? ਬਾਕੀ ਚਲੋ ਕੋਈ ਫੋਨ ਲਾਵੇ ਹਨਾ ਇੱਕ ਵਾਰੀ, ਠੀਕ ਹੈ ਜੀ। ਤੇ ਬੱਚਾ ਕੀ ਇਹਦੇ ਮਗਰ? ਇਹਦੇ ਮਗਰ ਕੱਟਾ ਆ ਜਿਹੜਾ, ਬਾਕੀ ਉਹ ਤਰ੍ਹਾਂ ਮੂੰਹ ਮੱਥੇ ਦੀ ਸੋਹਣੀ ਆ ਜਿਹੜੀ। ਤੇ ਹੁਣ ਇੱਕ ਝੋਟੀ ਹੋਰ ਹੈਗੀ ਆ, ਵੀ ਤੁਹਾਨੂੰ ਦਿਖਾ ਦਈਏ, ਠੀਕ ਹੈ ਜੀ। ਇੱਕ ਹਫ਼ਤਾ ਸੂਈ ਨੂੰ ਦੱਸਦੇ ਆ, ਬਾਕੀ ਸੋਹਣੀ ਝੋਟੀ ਆ। ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜਾ, ਹੁਣੇ ਪੁੱਛਦੇ ਆ ਦੁੱਧ ਕਿੰਨਾ ਇਹਦੇ ਤੋਂ। ਤੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ? 8 ਕਿਲੋ ਹੈਗਾ ਵਾ, 10 ਕੁ ਲੀਟਰ ਜਿਹੜਾ ਚਵਾਈ ਜਾਊਗੀ, ਠੀਕ ਹੈ ਜੀ। ਉਸ ਤਰ੍ਹਾਂ ਵੀ ਠੰਡੀ ਦੇਰੀ ਆ ਜਿਹੜੀ। ਤੇ ਇਹਦਾ ਕੀ ਰੱਖਣਾ ਵੀਰ ਜੀ ਮੁੱਲ? 70,000 ਵਿੱਚੋਂ ਕਿੰਨਾ ਛੱਡਣਾ ਜੀ? 65,000 ਦੀ ਦੇ ਦਿਓ, ਠੀਕ ਹੈ ਜੀ। ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ? ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆਪਾਂ ਸ਼ੋ ਵੀਰ ਜੀ ਹੁਣ ਟੋਟਲ 4 ਵਕਾਊ ਕੀਤੇ ਆ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਚਵਾਈ ਕਰਕੇ ਵੇਸ਼ 'ਚ ਆ ਕੇ ਪਸੰਦ ਕਰਕੇ ਖੜ੍ਹੇ, ਪਸੰਦ ਹੋਵੇ ਤਾਂ ਲੈ ਜੇ, ਨਾ ਪਸੰਦ ਹੋਵੇ ਤਾਂ ਇੱਥੇ ਰਹਿਣ ਦੇ। ਬਾਕੀ ਖੜਿਆ ਕਰੋ ਪਸ਼ੂ ਆਪਣੀ ਮਰਜ਼ੀ ਦੇ ਨਾਲ, ਆਪਣੀ ਸਮਝਣਾ, ਕਿਉਂਕਿ ਪੈਸੇ ਤੋਂ ਹੀ ਖਰਚਣੇ ਆ, ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਆਪਣੀ ਤਸੱਲੀ ਕਰਕੇ ਖੜ੍ਹਨ ਦੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।